ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ। ਅੱਜ ਤਰੀਕ ਹੋ ਗਈ 7 ਜੂਨ 2024, ਟਾਈਮ ਹੋ ਗਿਆ 10:30। ਮਸ਼ੀਨ ਚੱਲ ਰਹੀ ਆ ਆਪਣੀ, ਮਸ਼ੀਨ ਆਪਾਂ ਚਲਾ ਦਿੱਤੀ ਸੀ ਬਾਈ 9 ਵਜੇ, ਸਹੀ 9 ਵਜੇ ਲੀਵਰ ਲਾ ਤਾ ਜੀ ਆਪਾਂ ਨੇ। 10:30 ਹੋ ਗਏ ਹੁਣ ਤੱਕ ਬਣਤੇ ਆਪਾਂ 2.5-3 ਕਿੱਲੇ। ਅੱਜ ਜੀ ਦਿਹਾੜੀ ਦਾ ਕੰਮ ਹੈਗਾ ਆਪਣੇ ਕੋਲ, ਚੱਲੀ ਆਪਾਂ ਹੁਣ ਤਾਂ ਕੰਮ ਚੱਲ ਪਿਆ, 10 ਦਿਨ ਦਾ ਕੰਮ ਆ ਸਾਰਾ। ਏਜੰਟ ਕਹਿੰਦਾ ਵੀ 6 ਵਜੇ ਮਸ਼ੀਨ ਚਲਾ ਦੇ ਕਰਨੀ ਆ, ਅਸੀਂ ਕਹਾਂ ਭਾਈ ਸ਼ਾਮ ਨੂੰ ਡੀਜ਼ਲ ਦੋਗੇ ਪੈਸੇ ਲਿਆ ਕੇ ਦੇ ਸਾਡੇ ਕਿ 4 ਵਜੇ ਚਲਾਉਣੀ, ਸਾਨੂੰ ਕੋਈ ਚੱਕਰ ਨਹੀਂ। ਅੱਜ ਵੀ ਬਾਈ ਲੇਟ ਤਾਂ ਚਲਾਈ ਆ ਮਸ਼ੀਨ 'ਚ, ਕੱਲ੍ਹ ਤੇਲ ਪਾ ਕੇ ਚਲਾਇਆ ਤਾ, ਅਤੇ ਉਹਨੇ ਪੈਸੇ ਸਾਨੂੰ 8:30-9 ਵਜੇ ਲਿਆ ਕੇ ਦਏ ਆ। ਆ ਹੁਣ ਡੀਜ਼ਲ ਪਾਇਆ ਖੇਤਾਂ ਜਾ ਕੇ ਵੱਢ ਕੇ ਆਏ 'ਚ ਪਾਇਆ। ਆਏ ਤੇ ਆਹਾ ਇਹ ਹੈਗੀਆਂ 4-5 ਕਿੱਲੇ ਵੱਢ ਕੇ, ਹੋਰ ਹੈਗਾ ਕੰਮ ਅੱਗੇ ਆਪਣੇ ਕੋਲ। ਥਾਣੇਦਾਰ ਫੋਨ 'ਤੇ ਲੱਗਿਆ ਵਾ, ਚਾਚੇ ਦਾ ਫੋਨ ਆਇਆ ਵਾ ਧੁੱਪਾਂ 'ਚ, ਗਰਮੀ ਬਾਈ ਉਰੇ ਵੀ ਬਹੁਤ ਆ। 2-3 ਦਿਨ ਜਦੋਂ ਵਿਹਲੇ ਰਹੇ, ਮੌਸਮ ਠੰਡਾ ਰਿਹਾ, ਹੁਣ ਕੰਮ ਚੱਲ ਪਿਆ, ਹੁਣ ਗਰਮੀ ਹੋ ਗਈ। ਹੁਣ ਆਪਾਂ ਬਾਈ ਚੱਲਿਆ ਰੋਟੀ ਲੈਣ, ਢਾਬੇ 'ਤੇ ਜਾਵਾਂਗੇ ਯਾਰ, ਕਿਹੜਾ ਆਪਣਾ ਹੋਊਗਾ, ਗਰਮੀ ਬਹੁਤ ਆ। ਥਾਣੇਦਾਰ ਕਹਿੰਦਾ ਮੂਡ ਹੈਗਾ ਬਣਾ ਲੈਣੀ ਆ ਵੀ ਢਾਬੇ 'ਤੇ ਲਿਆ, ਢਾਬੇ 'ਤੇ ਲਿਆਵਾਂਗੇ ਬਾਈ, ਗਰਮੀ ਬਹੁਤ ਆ। ਜੇ ਤਾਂ 2 ਜਣੇ ਹੁਣ ਫਿਰ ਨਹੀਂ ਯਾਰ ਟਾਈਮ ਲੱਗਦਾ, ਇਕੱਲੇ ਬੰਦੇ ਨੂੰ ਟਾਈਮ ਬਹੁਤ ਲੱਗ ਜਾਂਦਾ, ਜੇ ਸਬਜ਼ੀ ਸੁਬਜ਼ੀ ਵੀ ਬਣਾਉਣੀ ਆ। ਹੁਣ ਆਪਾਂ ਚੱਲਦੇ ਹਾਂ ਰੋਟੀ ਲੈਣੇ, ਵੱਢ ਲੈਣਗੇ ਆਪਾਂ ਮਿਣਤੇ ਖੇਤ। ਜੀ ਵਿੱਚ ਥਰੈਸ਼ਿੰਗ ਚੱਲ ਪਈ, 3-4 ਕਿਆਰੀਆਂ ਸੀਗੀਆਂ ਛੋਟੀਆਂ ਛੋਟੀਆਂ, ਉਹਨਾਂ ਨੇ ਹੱਥੀ ਬਣਾ ਕੇ ਰੱਖੀਆਂ ਵਿੱਚ, ਉਹ ਵੀ ਥਰੈਸ਼ਿੰਗ ਕਰਨੀ ਆ ਵੀ ਦੋ। ਟਾਈਮ ਬਾਈ 11:30 ਹੋ ਗਏ, ਗਰਮੀ ਬਹੁਤ ਆ, ਛੱਤੀਗੜ੍ਹ ਨਾਲੋਂ ਗਰਮੀ ਬਹੁਤ ਆ, ਅਤੇ ਗਰਮੀ ਬਹੁਤ ਹੀ ਜਿਹੜੀ ਠੀਕ ਆ। ਥਰੈਸ਼ਿੰਗ ਚੱਲ ਰਹੀ ਆ, ਵੱਢ ਹੋ ਗਏ ਬਾਈ ਸਾਰੇ ਇੱਧਰ ਵਾਲੇ, ਹਾਂ ਜੀ ਥਰੈਸ਼ਿੰਗ ਕਰਕੇ ਉਹ ਸਾਹਮਣੇ ਜਿੱਥੇ ਬੰਦਾ ਪੋਜੀਸ਼ਨ ਲਈ ਗਏ, ਮੈਂ ਉਹ ਵੱਢਣੀ ਹੈ, ਉਹਦੇ ਬਾਅਦ ਵੀ ਹੈਗਾ ਦੇਖਦੇ ਕਿੱਥੇ ਕਿੱਥੇ ਤੁਹਾਨੂੰ ਵਧੀਆ ਦਿਖਾਵਾਂਗੇ ਤੁਹਾਨੂੰ। ਲਓ ਜੀ ਟਾਈਮ ਹੋ ਗਿਆ 3:30, ਅਤੇ ਅੱਜ ਦਾ ਕੰਮ ਸਮਾਪਤ। ਅੱਜ ਆਪਾਂ ਵੱਢਿਆ 11:30 ਕਿੱਲੇ, ਹਾਲੇ 9 ਵੱਢੇ ਦੀ ਆ, 11:30 ਤਰੱਕੀ ਹੋ ਰਹੀ ਆ ਹੌਲੀ ਹੌਲੀ, ਮਸ਼ੀਨ ਹੋ ਜਾ ਰਹੀ ਆ ਵੱਢ ਕੇ। ਲਾਣੇਦਾਰ ਤਾਂ ਨਹਾ ਲਿਆ ਬਾਈ, ਇੱਥੇ ਮੋਟਰ ਚੱਲਦੀ ਆ, ਆਪਾਂ ਹੁਣ ਇੱਥੇ ਨਹਾ ਕੇ ਬਸ, ਕਰਨ ਵਾਲਾ ਤਾਂ ਕੁਛ ਨਹੀਂ ਹੈਗਾ, ਮਸ਼ੀਨ ਨੂੰ ਗਰੀਸ ਕਰਕੇ ਹੁਣ ਖੜਾ ਲੈਣੇ ਆ ਸ਼ਾਮ ਨੂੰ, ਕੱਲ੍ਹ ਨੂੰ ਜਿਵੇਂ ਵੀ ਹੋਊਗਾ ਪ੍ਰੋਗਰਾਮ ਦੇਖਾਂਗੇ। ਕੰਮ ਸਪਰੇਹਾਂ ਤਾਂ ਹੋ ਰਹੀਆਂ ਮਾਰਾ ਮਾਰਾ, ਦਿਖਾਊਂਗਾ ਹੁਣ ਤੁਹਾਨੂੰ ਮੈਂ ਰਸਤੇ 'ਚ, ਸੁੱਕ ਗਈਆਂ ਪੱਤੇ ਪੀਲੇ ਪੈ ਗਏ। 1-2 ਦਿਨ 'ਚ ਤਾਂ ਪੂਰਾ ਚੱਲ ਪਊਗਾ ਕੰਮ, ਬਾਕੀ
ਵਧੀਆ ਚੱਲ ਰਿਹਾ ਬਾਈ, ਗਰਮੀ ਵੀ ਛੱਤੀਗੜ੍ਹ ਨਾਲੋਂ ਠੀਕ ਆ, ਫਿਰ ਵੀ ਹਵਾ ਚੱਲਦੀ ਆ ਉਰੇ, ਉੱਥੇ ਸੀਗਾ ਟੈਂਪਰੇਚਰ 45-46 ਆਖਰੀ ਦਿਨਾਂ 'ਚ, ਅਤੇ ਉਰੇ ਹੈਗਾ ਬਾਈ ਹੁਣ 40 ਦਾ ਟੈਂਪਰੇਚਰ, ਉੱਥੇ 40 ਦਾ ਟੈਂਪਰੇਚਰ ਹੋ ਜਾਂਦਾ ਸੀ 11 ਵਜੇ, ਉਰੇ 3:30 ਹੋ ਗਏ, 40-41 ਦੇ ਟੈਂਪਰੇਚਰ ਆ ਉਰੇ ਜ਼ਿਆਦਾ ਤੋਂ ਜ਼ਿਆਦਾ, ਇੰਨੀ ਕੁ ਤੋਂ ਬਸ ਸੌਖਾ, ਗਰਮੀ ਘੱਟ ਹੈ ਪਰ ਹਾਲ ਉਹੀ ਹੋਇਆ ਉਰੇ ਵੀ। ਚਲੋ 10 ਦਿਨ ਦੀ ਖੇਡ ਆ ਉਰੇ ਤਾਂ, ਅਤੇ ਘਰ ਮੌਜਾਂ ਹੀ ਆ, ਸੋਇਆਬੀਨ ਤੱਕ ਘਰ ਹੀ ਜੇ। ਇੱਕ ਮੇਰਾ ਵੀਰ ਗੱਲ ਹੋਰ, ਜੇ ਯਾਰ ਕਿਸੇ ਨੂੰ ਰਾਜਸਥਾਨ 'ਚ ਕਿਸੇ ਦਾ ਏਰੀਆ ਹੋਵੇ ਤਾਂ ਬਾਈ ਫੋਨ ਕਰ ਸਕਦਾ, ਆਪਾਂ ਯਾਰ ਕਿਸੇ ਨੂੰ ਏਰੀਆ ਦਵਾਉਣਾ, ਆਪਾਂ ਤਾਂ ਲਾਉਣਾ ਨਹੀਂ, ਆਪਾਂ ਤਾਂ ਉਰੀ ਖੜਾਉਣੀ ਆ ਮਸ਼ੀਨ। ਮੇਰਾ ਵੀਰ ਜ਼ਰੂਰ ਦੱਸਿਓ, ਕਮੈਂਟ ਕਰ ਦਿਓ, ਆਪਾਂ ਬਾਈ ਦੀ ਹੈਲਪ ਕਰਨੀ ਆ, ਬਾਈ ਦਾ ਯਾਰ 2-3 ਵਾਰ ਫੋਨ ਆ ਦੇ ਆਪਾਂ ਨੂੰ, ਗਰਮੀ ਬਸ ਆ ਬਾਈ, ਸਾਹ ਚੜ ਗਿਆ ਆਪਣੇ ਵੱਡਿਆ ਵਾ ਘੇਰਾ, ਕੱਲ੍ਹ ਵੱਡਿਆ ਦੀ ਉਹ ਦੇਣਾ ਅੱਜ, ਹਾਂ ਛੋਟੂ ਗਰਮੀ ਮੈਂ ਬੈਠਾ ਜਾ, ਹੈਂ ਅਕੇਲੇ ਹੀ ਤੁਮਾਰੀਆਂ ਜੇ ਬੱਕਰੀ, ਹਾਂ ਫਿਰ ਤੂੰ ਕੱਲ੍ਹ ਵੀ ਅਸੀਂ ਬੈਠਾ, ਰਾਜ ਵੀ ਅਸੀਂ ਬੈਠਾ, ਹੈਂ ਅੱਛਾ ਮੂੰਗ ਕੀ ਰਾਖੀ ਬੈਠਾ, ਠੀਕ ਆ ਠੀਕ ਆ।